ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਦੇ ਉੱਪਰ ਵਾਲੇ ਹਿੱਸੇ 'ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਚਿੰਗਾਰੀ ਤੋਂ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਭਿਆਨਕ ਅੱਗ 'ਚ ਦਰਜਨਾਂ ਕਰਮਚਾਰੀ ਵੀ ਫਸ ਗਏ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਰੈਸਕਿਊ ਕਰ ਲਿਆ ਗਿਆ। ਇਸ ਭਿਆਨਕ ਅੱਗ ਤੇ ਫਾਇਰ ਬ੍ਰਿਗੇਡ ਦੀਆਂ 25 ਤੋਂ ਵੀ ਜ਼ਿਆਦਾ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ਨੂੰ ਅੱਗ ਲੱਗੀ ਉਸਦੇ ਵਿੱਚ ਸਪੋਰਟਸ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ, ਜਿਸਦੇ ਚੱਲਦੇ ਫੈਕਟਰੀ 'ਚ ਭਾਰੀ ਮਾਤਰਾ 'ਚ ਰਬੜ ਤੇ ਜਲਨਸ਼ੀਲ ਪਦਾਰਥ ਪਿਆ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਕਾਫੀ ਪਰੇਸ਼ਾਨੀ ਹੋਈ। ਇਹ ਘਟਨਾ ਜਲੰਧਰ ਤੋਂ ਸਥਿਤ UMA ਫੈਕਟਰੀ ਤੋਂ ਸਾਹਮਣੇ ਆਈ ਹੈ। ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਦੇ ਉੱਪਰ ਵਾਲੇ ਹਿੱਸੇ 'ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਚਿੰਗਾਰੀ ਤੋਂ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਭਿਆਨਕ ਅੱਗ 'ਚ ਦਰਜਨਾਂ ਕਰਮਚਾਰੀ ਵੀ ਫਸ ਗਏ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਰੈਸਕਿਊ ਕਰ ਲਿਆ ਗਿਆ। ਇਸ ਭਿਆਨਕ ਅੱਗ ਤੇ ਫਾਇਰ ਬ੍ਰਿਗੇਡ ਦੀਆਂ 25 ਤੋਂ ਵੀ ਜ਼ਿਆਦਾ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ਨੂੰ ਅੱਗ ਲੱਗੀ ਉਸਦੇ ਵਿੱਚ ਸਪੋਰਟਸ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ, ਜਿਸਦੇ ਚੱਲਦੇ ਫੈਕਟਰੀ 'ਚ ਭਾਰੀ ਮਾਤਰਾ 'ਚ ਰਬੜ ਤੇ ਜਲਨਸ਼ੀਲ ਪਦਾਰਥ ਪਿਆ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਕਾਫੀ ਪਰੇਸ਼ਾਨੀ ਹੋਈ। ਇਹ ਘਟਨਾ ਜਲੰਧਰ ਤੋਂ ਸਥਿਤ UMA ਫੈਕਟਰੀ ਤੋਂ ਸਾਹਮਣੇ ਆਈ ਹੈ। ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਦੇ ਉੱਪਰ ਵਾਲੇ ਹਿੱਸੇ 'ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਚਿੰਗਾਰੀ ਤੋਂ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਭਿਆਨਕ ਅੱਗ 'ਚ ਦਰਜਨਾਂ ਕਰਮਚਾਰੀ ਵੀ ਫਸ ਗਏ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਰੈਸਕਿਊ ਕਰ ਲਿਆ ਗਿਆ। ਇਸ ਭਿਆਨਕ ਅੱਗ ਤੇ ਫਾਇਰ ਬ੍ਰਿਗੇਡ ਦੀਆਂ 25 ਤੋਂ ਵੀ ਜ਼ਿਆਦਾ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ਨੂੰ ਅੱਗ ਲੱਗੀ ਉਸਦੇ ਵਿੱਚ ਸਪੋਰਟਸ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ, ਜਿਸਦੇ ਚੱਲਦੇ ਫੈਕਟਰੀ 'ਚ ਭਾਰੀ ਮਾਤਰਾ 'ਚ ਰਬੜ ਤੇ ਜਲਨਸ਼ੀਲ ਪਦਾਰਥ ਪਿਆ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਕਾਫੀ ਪਰੇਸ਼ਾਨੀ ਹੋਈ। ਇਹ ਘਟਨਾ ਜਲੰਧਰ ਤੋਂ ਸਥਿਤ UMA ਫੈਕਟਰੀ ਤੋਂ ਸਾਹਮਣੇ ਆਈ ਹੈ। ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਦੇ ਉੱਪਰ ਵਾਲੇ ਹਿੱਸੇ 'ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਚਿੰਗਾਰੀ ਤੋਂ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਭਿਆਨਕ ਅੱਗ 'ਚ ਦਰਜਨਾਂ ਕਰਮਚਾਰੀ ਵੀ ਫਸ ਗਏ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਰੈਸਕਿਊ ਕਰ ਲਿਆ ਗਿਆ। ਇਸ ਭਿਆਨਕ ਅੱਗ ਤੇ ਫਾਇਰ ਬ੍ਰਿਗੇਡ ਦੀਆਂ 25 ਤੋਂ ਵੀ ਜ਼ਿਆਦਾ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ਨੂੰ ਅੱਗ ਲੱਗੀ ਉਸਦੇ ਵਿੱਚ ਸਪੋਰਟਸ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ, ਜਿਸਦੇ ਚੱਲਦੇ ਫੈਕਟਰੀ 'ਚ ਭਾਰੀ ਮਾਤਰਾ 'ਚ ਰਬੜ ਤੇ ਜਲਨਸ਼ੀਲ ਪਦਾਰਥ ਪਿਆ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਕਾਫੀ ਪਰੇਸ਼ਾਨੀ ਹੋਈ। ਇਹ ਘਟਨਾ ਜਲੰਧਰ ਤੋਂ ਸਥਿਤ UMA ਫੈਕਟਰੀ ਤੋਂ ਸਾਹਮਣੇ ਆਈ ਹੈ। ਕਿੱਦਾਂ ਪਤਾ ਕੁਛ ਲੱਗਾ? ਨਹੀਂ ਪਤਾ ਨਹੀਂ ਲੱਗਾ, ਚੀਜ਼ਾਂ ਪਤਾ ਨਹੀਂ ਲੱਗਾ। ਆਪਾਂ ਕੰਮ ਕਰਦੇ ਪਏ ਕੋਠੇ ਅੱਗ ਲੱਗ ਗਈ ਹੈ। ਕੋਈ ਵਿਅਕਤੀ ਅੰਦਰ ਨਹੀਂ ਆਇਆ? ਬਾਹਰ ਕੱਢਤੇ ਆ ਗਈ, ਸਾਰੇ ਬਾਹਰ ਕੱਢਤੇ ਜੀ। ਠੀਕ ਹੈ। ਅੱਛਾ, ਤੇ ਤੁਸੀਂ ਇੱਥੇ ਕੰਮ ਕਰਦੇ ਹੋ? ਹਾਂਜੀ, ਮੈਂ ਸੁਪਰਵਾਈਜ਼ਰ ਹਾਂ। ਅੱਛਾ, ਤੇ ਹੁਣ ਕਿੱਦਾਂ, ਮਤਲਬ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੈਗਾ? ਜਾਨੀ ਨੁਕਸਾਨ ਤਾਂ ਨਹੀਂ ਹੈਗਾ? ਮਸ਼ੀਨਾਂ ਆ। ਅੱਛਾ, ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਹੈਗੀਆਂ। ਅੱਛਾ ਜੀ, ਉਹਨਾਂ 'ਚ ਬਹੁਤ ਨੁਕਸਾਨ ਹੋਇਆ ਸਰ? ਤੇ ਚਾਰੋਂ ਮੰਜ਼ਲਾਂ ਤੇ ਲੱਗੀ ਹੈ? ਕਿ ਸਹੀ ਲੱਗੀ ਹੈ? ਇੱਕ, ਦੋ, ਤਿੰਨ, ਚਾਰ, ਤਿੰਨ ਲੱਗ ਸਾਰੀਆਂ ਮਸ਼ੀਨਾਂ। ਠੀਕ ਹੈ। ਉੱਥੇ ਮੇਰਾ ਕੱਪੜਾ ਪਿਆ। ਭਾਜੀ, ਕੋਈ ਵਿਅਕਤੀ ਦਾ ਨੁਕਸਾਨ ਤਾਂ ਨਹੀਂ ਹੋਇਆ? ਸਾਰੇ ਬਾਹਰ ਕੱਢਤੇ ਆ। ਹਾਂ, ਬਾਕੀ ਤਾਂ ਬਹੁਤ ਨੁਕਸਾਨ ਹੋਇਆ ਇਹਨਾਂ ਦਾ। ਮਸ਼ੀਨਾਂ ਬਹੁਤ ਮਹਿੰਗੀ ਮਹਿੰਗੀਆਂ ਹੈਗੀਆਂ। ਤੇ ਕਿੰਨੇ ਕੁ ਵਜੇ ਲੱਗੀ ਸੀ, ਕੁਛ ਪਤਾ? ਭਾਈ, ਟਾਈਮ ਤਾਂ ਮੈਨੂੰ ਪਤਾ ਨਹੀਂ ਲੱਗਿਆ ਹੈਗਾ, ਕਿਉਂਕਿ ਔਰਡਰ ਸੀ ਪੈ ਗਈ ਹੈ। ਮੈਂ ਤੁਹਾਨੂੰ ਫੋਨ ਮਾਰਿਆ ਨਾਲੇ ਉਹਨਾਂ। ਸਮਾਂ ਕਿੰਨਾ ਕੁ ਹੋ ਚੱਲਾ ਹੁਣ? ਭਾਈ, ਮੇਰਾ ਡੇਢ ਘੰਟਾ ਹੋ ਚੱਲਾ ਜੀ।
ਮਤਲਬ ਕਾਬੂ ਨਹੀਂ ਪਾਇਆ ਗਿਆ ਅੱਛਾ ਮਤਲਬ ਫੋਮ ਨੂੰ ਲੱਗੀ ਹੈ ਮੇਰੇ ਅੱਛਾ ਕਾਰਨ ਕੀ ਹੈ ਭਾਈ ਅੱਗ ਦਾ ਪਤਾ ਨਹੀਂ ਥੱਲੇ ਕੰਮ ਕਰਦੇ ਪਏ ਸੀ ਤੇ ਉੱਪਰ ਲੱਗੇ ਤਕਰੀਬਨ ਕਿੰਨੇ ਕੁ ਵਿਅਕਤੀ ਜਿਹੜੇ ਕੰਮ ਕਰਦੇ ਨੇ ਇੱਥੇ ਅੱਛਾ ਤੇ ਅੱਜ ਸਾਰੇ ਡਿਊਟੀ ਤੇ ਸੀਗੇ ਠੀਕ ਹੈ।